ਬੀਤੇ ਕੱਲ੍ਹ ਰੋਜ਼ਾਨਾ ਪਹਿਰੇਦਾਰ ਦੇ ਵੱਲੋਂ ਲੁਧਿਆਣਾ ਮੁੱਖ ਦਫ਼ਤਰ ਵਿਖੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਯਾਦ ਦੇ ਵਿੱਚ ਕਰਵਾਏ ਗਏ ਢਾਡੀ ਮੁਕਾਬਲਿਆਂ ਦਾ ਸਮਾਗਮ ਕੌਮ ਨੂੰ ਇੱਕ ਨਵਾਂ ਸੁਨੇਹਾ ਦੇ ਕੇ ਸਮਾਪਤ ਹੋ ਗਿਆ ਹੈ। ਇਸ ਸਮਾਗਮ ਦੀ ਖਾਸ ਵਿਸ਼ੇਸ਼ਤਾ ਇਹ ਰਹੀ ਹੈ ਕਿ ਇਸ ਸਮਾਗਮ ਦੇ ਵਿੱਚ ਕਿਸੇ ਵੀ ਰਾਜਨੀਤਿਕ, ਧਾਰਮਿਕ ਜਾਂ ਸਮਾਜਿਕ ਜਥੇਬੰਦੀ ਨੂੰ ਜਾਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਵਿਸ਼ੇਸ਼ ਸੱਦਾ ਪੱਤਰ ਨਹੀਂ ਦਿੱਤਾ ਗਿਆ। ਸਭਨਾਂ ਨੇ ਅਖ਼ਬਾਰ ਦੇ ਵਿੱਚ ਛਪੇ ਇਸ਼ਤਿਹਾਰ ਦੇਖ ਕੇ ਸ਼ਮੂਲੀਅਤ ਕੀਤੀ ਹੈ। ਸਮਾਗਮ ਦੇ ਵਿੱਚ ਸ਼ਾਮਿਲ ਹੋਣ ਵਾਲੇ ਜ਼ਿਆਦਾਤਰ ਪਹਿਰੇਦਾਰ ਦੇ ਪਾਠਕ ਸਨ। ਇੱਥੋਂ ਤੱਕ ਕਿ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਵਾਲੇ ਢਾਡੀ ਜਥੇ ਵੀ ਅਖ਼ਬਾਰ ਦੇ ਵਿੱਚ ਇਸ਼ਤਿਹਾਰ ਦੇਖ ਕੇ ਸ਼ਾਮਿਲ ਹੋਏ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜ ਪਿਆਰੇ ਸਿੰਘ ਸਹਿਬਾਨਾਂ ਦੇ ਵਿੱਚੋਂ ਸਿੰਘ ਸਹਿਬਾਨ ਭਾਈ ਸਤਨਾਮ ਸਿੰਘ ਖੰਡਾ ਨੇ ਕਿਹਾ ਕਿ ਅੱਜ ਪਹਿਰੇਦਾਰ ਮੀਡੀਆ ਗਰੁੱਪ ਜਿਸ ਮਹਾਨ ਸ਼ਹੀਦ ਦੀ ਯਾਦ ਦੇ ਵਿੱਚ ਸਮਾਗਮ ਕਰਵਾ ਰਿਹਾ ਹੈ, ਸਾਨੂੰ ਉਹਨਾਂ ਦੇ ਉੱਚੇ ਸੁੱਚੇ ਕਿਰਤੀ ਜੀਵਨ ਦੇ ਉੱਤੇ ਵੀ ਝਾਤੀ ਮਾਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਟਕਸਾਲ ਦਾ ਮੁਖੀ ਬਣਨ ਵਾਲੇ ਦਿਨ ਉਸ ਮੌਕੇ ਦੇ ਉੱਤੇ ਮੁੱਖ ਮੰਤਰੀ ਦੇ ਵੱਲੋਂ ਕੀਤੀ ਗਈ ਪੇਸ਼ਕਸ਼ ਨੂੰ ਠੁਕਰਾ ਕੇ ਸਿਰਫ ਤੇ ਸਿਰਫ ਗੁਰੂ ਦੇ ਉੱਤੇ ਭਰੋਸਾ ਪ੍ਰਗਟ ਕੀਤਾ ਸੀ, ਸਾਨੂੰ ਵੀ ਉਹਨਾਂ ਤੋਂ ਸੇਧ ਲੈ ਕੇ ਕਿਸੇ ਵਿਅਕਤੀ ਵਿਸ਼ੇਸ਼ 'ਤੇ ਕੋਈ ਖਾਸ ਆਸ ਨਹੀਂ ਰੱਖਣੀ ਚਾਹੀਦੀ ਅਤੇ ਸਿਰਫ ਤੇ ਸਿਰਫ ਆਪਣੇ ਗੁਰੂ ਦੇ ਉੱਤੇ ਭਰੋਸਾ ਰੱਖਣਾ ਚਾਹੀਦਾ। ਫਿਰ ਹੀ ਸਾਡੇ ਵੱਲੋਂ ਕਰਵਾਏ ਜਾਂਦੇ ਅਜਿਹੇ ਸਮਾਗਮ ਸਾਰਥਿਕ ਸਮਝੇ ਜਾ ਸਕਣਗੇ। ਪਹਿਰੇਦਾਰ ਮੀਡੀਆ ਗਰੁੱਪ ਦੇ ਮੁੱਖ ਪ੍ਰਬੰਧਕ ਅਤੇ ਮੁੱਖ ਸੰਪਾਦਕ ਜਸਪਾਲ ਸਿੰਘ ਹੀਰਾ ਨੇ ਊੜੇ ਅਤੇ ਜੂੜੇ ਨੂੰ ਬਚਾਉਣ ਦੇ ਉੱਤੇ ਜ਼ੋਰ ਦਿੰਦੇ ਹੋਏ ਸੰਗਤਾਂ ਤੋਂ ਪ੍ਰਣ ਲਿਆ, ਜਿਸ ਦੀ ਹਾਂ ਵਜੋਂ ਹੱਥ ਖੜ੍ਹੇ ਕਰਕੇ ਸੰਗਤਾਂ ਦੇ ਵੱਲੋਂ ਹਾਮੀ ਭਰੀ ਗਈ ਹੈ। ਉਹਨਾਂ ਕੌਮ ਨੂੰ ਨਿਗਾਰ ਤੋਂ ਬਚਾਉਣ ਦੇ ਲਈ, ਕੌਮ ਦੀ ਚੜ੍ਹਦੀ ਕਲਾ ਦੇ ਲਈ ਕਿਰਤੀ ਸਿੱਖਾਂ ਨੂੰ ਅੱਗੇ ਆਉਣ ਦਾ ਹੋਕਾ ਵੀ ਦਿੱਤਾ। ਉਹਨਾਂ ਕਿਹਾ ਕਿ ਪਹਿਰੇਦਾਰ ਆਪਣੀ ਪੱਤਰਕਾਰਤਾ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਦੇ ਨਾਲ ਨਾਲ ਕੌਮ ਨੂੰ ਸੇਧ ਦੇਣ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਅਤੇ ਪੰਥ ਨੂੰ ਬਚਾਉਣ ਦੇ ਲਈ ਲਗਾਤਾਰ ਅਜਿਹੇ ਉਪਰਾਲੇ ਕਰਦਾ ਰਹੇਗਾ। ਜਸਪਾਲ ਸਿੰਘ ਹੀਰਾਂ ਦੇ ਵੱਲੋਂ ਪੰਜਾਬ ਦੀ ਧਰਤੀ ਦੇ ਉੱਤੇ ਖੁੱਲ੍ਹੇ ਇੱਕ ਇੱਕ ਸਕੂਲ ਦੇ ਵਿੱਚ ਪੰਜਾਬੀ ਨੂੰ ਲਾਗੂ ਕਰਵਾਉਣ ਦੀ ਮੁਹਿੰਮ ਵਿੱਢਣ ਦਾ ਸੱਦਾ ਵੀ ਦਿੱਤਾ। ਇਸ ਪ੍ਰੋਗਰਾਮ ਨੂੰ ਕਰਵਾਉਣ ਦੇ ਦੋ ਮੰਤਵ ਨੇ, ਦੋ ਨਿਸ਼ਾਨੇ ਨੇ। ਪਹਿਲਾਂ ਤਾਂ ਇਹ ਕਿ ਉਸ 20ਵੀਂ ਸਦੀ ਦੇ ਮਹਾਨ ਸਿੱਖ ਮਰਦ ਮਜਾਜ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਜਿਹੜੀ ਕੌਮ ਨੂੰ ਦੇਣ ਆ, ਜਿਹੜਾ ਉਹਨਾਂ ਬਾਰੇ ਕਿਹਾ ਜਾਂਦਾ ਕਿ ਉਹਨਾਂ ਨੇ ਸੁੱਤੀ ਕੌਮ ਨੂੰ ਜਗਾਇਆ ਸੀ। ਸੋ ਅੱਜ ਜਦੋਂ ਦਰਬਾਰ ਸਾਹਿਬ ਦਾ ਸਾਕਾ ਵਾਪਰਿਆ, ਜਦੋਂ ਸੰਤਾਂ ਦੀ ਸ਼ਹਾਦਤ ਹੋਈ 1984, ਅਤੇ ਉਹ ਸਮਾਂ ਅਤੇ ਅੱਜ ਦਾ ਸਮਾਂ ਜਿਹੜਾ ਉਹਦੇ ਵਿੱਚ ਜਿਹੜਾ ਅੰਤਰ ਆ ਗਿਆ ਕਿ ਅੱਜ ਕੌਮ 'ਤੇ ਚਾਰੇ ਪਾਸਿਆਂ ਤੋਂ ਹਮਲੇ ਹੁੰਦੇ ਆ, ਉਸ ਦੇ ਬਾਵਜੂਦ ਕੌਮ ਆ ਜਿਹੜੀ ਉਹ ਸਿਰ ਸੁੱਟ ਕੇ ਸੁੱਤੀ ਰਹਿੰਦੀ ਆ, ਕੁੰਭਕਰਨੀ ਨੀਂਦ ਸੁੱਤੀ ਰਹਿੰਦੀ ਆ। ਸੋ ਕੌਮ ਨੂੰ ਝਜੋੜਾ ਦੇਣ ਲਈ ਉਸ ਮਹਾਨ ਮਰਦ ਮੁਜਾਹਦ ਸੰਤ ਸਿਪਾਹੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਜਿਹੜੀ ਦੇਣ ਆ, ਉਹਨੂੰ ਯਾਦ ਕਰਵਾਉਣ ਦੇ ਲਈ ਪਹਿਲਾ ਮਕਸਦ ਤਾਂ ਇਹ ਆ ਕਿ ਉਹਨਾਂ ਦੀ ਜੀਵਨੀ ਬਾਰੇ, ਉਹਨਾਂ ਨੇ ਜੋ ਕੁਝ ਕੌਮ ਲਈ ਕੀਤਾ, ਉਹਨਾਂ ਦੇ ਆਦਰਸ਼ ਆ ਜਿਹੜੇ, ਉਹਨਾਂ ਬਾਰੇ ਕੌਮ ਨੂੰ ਜਾਣੂ ਕਰਾਇਆ ਜਾਵੇ। ਕਿਉਂਕਿ 12 ਫਰਵਰੀ ਉਹਨਾਂ ਦਾ ਜਨਮ ਦਿਹਾੜਾ, ਉਸ ਨੂੰ ਲੈ ਕੇ ਉਸ ਨੂੰ ਜਨਮ ਦਿਹਾੜੇ ਨੂੰ ਸਮਰਪਿਤ ਇਹ ਗੋਲਡ ਮੈਡਲ ਢਾਡੀ ਮੁਕਾਬਲੇ ਕਰਵਾਏ ਜਾ ਰਹੇ ਨੇ। ਦੂਸਰਾ, ਕਿਉਂਕਿ ਅੱਜ ਲੋੜ ਆ ਪੰਜਾਬ ਦੇ ਵਿੱਚ ਜਿਹੜੀਆਂ ਨੈਤਿਕ ਕਦਰਾਂ ਕੀਮਤਾਂ ਨੇ ਜਿਹੜੀਆਂ ਉਹਨਾਂ 'ਚ ਦਿਨੋਂ ਦਿਨ ਨਿਘਾਰ ਆ ਰਿਹਾ, ਚਾਹੇ ਉਹ ਅਸੀਂ ਧਰਮ ਦੀ ਗੱਲ ਕਰ ਲਈਏ, ਚਾਹੇ ਅਸੀਂ ਸਮਾਜ ਦੀ ਗੱਲ ਕਰ ਲਈਏ, ਚਾਹੇ ਆਰਥਿਕਤਾ ਦੀ ਗੱਲ ਕਰ ਲਈਏ, ਅਤੇ ਚਾਹੇ ਅਸੀਂ ਸੱਭਿਆਚਾਰ ਦੀ ਗੱਲ ਕਰ ਲਈਏ। ਸੋ ਅੱਜ ਗੈਂਗਸਟਰ ਜਾਂ ਹੋਰ ਇਸ ਤਰ੍ਹਾਂ ਦਾ ਜਿਹੜਾ ਲੱਚਰਤਾ ਵਾਲੇ ਪਾਸੇ, ਅੱਜ ਚਾਰੇ ਪਾਸੇ ਜੇ ਅਸੀਂ ਗੀਤ ਸੁਣਦੇ ਹਾਂ, ਉਹਨਾਂ ਗੀਤਾਂ ਦੀ ਜਿਹੜੀ ਪ੍ਰਧਾਨਤਾ ਹੋਈ ਆ, ਜਿਹੜੇ ਸਾਡੀ ਜਵਾਨੀ ਨੂੰ ਗਲਤ ਪਾਸੇ ਲੈ ਕੇ ਜਾਂਦੇ ਨੇ, ਗਲਤ ਪਾਸੇ ਤੋਰਦੇ ਨੇ। ਸੋ ਇਹ ਢਾਡੀ ਕਲਾ ਜਿਹੜੀ ਮੀਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕੌਮ ਨੂੰ ਵਿਰਸੇ 'ਚ ਦਿੱਤੀ ਆ,
ਉਸ ਢਾਡੀ ਕਲਾ ਨੂੰ ਪ੍ਰਫੁੱਲਿਤ ਕਰਨ ਦੇ ਲਈ ਅਤੇ ਇਸ ਢਾਡੀ ਕਲਾ ਨੂੰ ਜਿਉਂਦੀ ਰੱਖਣ ਦੇ ਲਈ। ਸੋ ਇਹ ਅਸੀਂ ਹਰ ਸਾਲ ਆ ਜਿਹੜਾ ਪਹਿਰੇਦਾਰ ਵੱਲੋਂ ਉਪਰਾਲਾ ਜਿਹੜਾ ਉਹ ਕਰਦੇ ਹਾਂ ਤਾਂ ਕਿ ਢਾਡੀ ਕਲਾ ਜਿਹੜੀ ਉਹਨੂੰ ਪ੍ਰਫੁੱਲਿਤ ਕੀਤਾ ਜਾਵੇ। ਅਤੇ ਅਗਲੇ ਸਾਲ ਤੋਂ ਅਸੀਂ ਇਹ ਜਿਹੜੇ ਢਾਡੀ ਮੁਕਾਬਲੇ ਆ ਜਿਹੜੇ ਉਹਨਾਂ ਦੇ ਨਾਲ ਨਾਲ ਅਸੀਂ ਸਕੂਲੀ ਬੱਚਿਆਂ ਦੇ ਢਾਡੀ ਮੁਕਾਬਲੇ ਆ ਜਿਹੜੇ ਉਹ ਵੀ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਕਿ ਸਾਡੀ ਨਵੀਂ ਪੀੜ੍ਹੀ ਆ ਜਿਹੜੀ ਉਹ ਆਪਣੇ ਵਿਰਸੇ ਨਾਲ ਆਪਣੇ ਸੱਭਿਆਚਾਰ ਨਾਲ ਜੁੜੀ ਰਹੇ। ਉੱਗੇ ਪੰਥਕ ਵਕੀਲ ਭਾਈ ਜਸਪਾਲ ਸਿੰਘ ਮੰਜਪੁਰ ਨੇ ਕੌਮ ਨੂੰ ਆਪਣੇ ਰਿਵਾਇਤੀ ਵਿਰਸੇ ਅਤੇ ਸਿੱਖ ਸਿਧਾਂਤਾਂ ਦੇ ਨਾਲ ਜੁੜੇ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਜਿੰਨੀ ਦੇਰ ਅਸੀਂ ਸਿਆਸੀ ਪਾਰਟੀਆਂ ਦੇ ਪਿਛਲਗ ਬਣੇ ਰਹਾਂਗੇ ਉਨੀ ਦੇਰ ਕੇਂਦਰ ਸਾਨੂੰ ਜਲੀਲ ਕਰਦਾ ਰਹੇਗਾ। ਜਦੋਂ ਅਸੀਂ ਸਿਧਾਂਤ ਦੇ ਨਾਲ ਜੁੜ ਜਾਵਾਂਗੇ ਤੇ ਗਲਤ ਨੂੰ ਗਲਤ ਕਹਿਣ ਲੱਗ ਜਾਵਾਂਗੇ ਉਦੋਂ ਕੌਮ ਦੀਆਂ ਖੁਆਰੀਆਂ ਆਪਣੇ ਆਪ ਖਤਮ ਹੋ ਜਾਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਦਾਲਾ ਪਹਿਰੇਦਾਰ ਵੱਲੋਂ ਜਿਹੜਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਯਾਦ ਦੇ ਵਿੱਚ ਪ੍ਰੋਗਰਾਮ ਢਾਡੀ ਵਾਲ ਮੁਕਾਬਲੇ ਕੀਤੇ, ਬਹੁਤ ਸ਼ਲਾਘਾਯੋਗ ਜਿਹੜਾ ਉਦਮ ਹੈਗਾ। ਜਿਵੇਂ ਹਿਰਾ ਸਾਹਿਬ ਨੇ ਦੱਸਿਆ ਵੀ ਹੁਣ ਬੱਚਿਆਂ ਦੇ ਵੀ ਮੁਕਾਬਲੇ ਕੀਤੇ ਜਾਣਗੇ, ਤਾਂ ਇਹ ਬਹੁਤ ਵਧੀਆ ਸਾਨੂੰ ਆਪਣੀ ਪੀੜ੍ਹੀ ਨੂੰ ਜਿਹੜੀ ਸੰਭਾਲਣ ਦੀ ਗੱਲ ਆ ਅਤੇ ਕਰਤਾਰ ਬਣਾਈ ਰੱਖਣ ਦੀ ਜਿਹੜੀ ਗੱਲ ਆ। ਸੋ ਹਿਰਾ ਸਾਹਿਬ ਦਾ ਅਦਾਲਾ ਪਹਿਰੇਦਾਰ ਦਾ ਬਹੁਤ ਵਧੀਆ ਕਦਮ ਹੈਗਾ, ਸਾਰੀ ਕੌਮ ਨੂੰ ਇਹਦਾ ਸਾਥ ਦੇਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਜਥੇਦਾਰ ਸੁਰਿੰਦਰ ਸਿੰਘ ਕਾਲਗੜ੍ਹ ਬੋਰਾ ਪ੍ਰੋਪਰ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸਪੈਸ਼ਲ ਇਹ ਮਰਦੇ ਮੁਜਾਹਦ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੇ ਵਾਰਾਂ ਢਾਡੀ ਵਾਰਾਂ ਲਾਉਣ ਦਾ ਜੋ ਪ੍ਰੋਗਰਾਮ ਰੱਖਿਆ ਹੈ, ਇਹਦੀ ਮਹਾਰਾਜ ਚੜ੍ਹਦੀ ਕਲਾ ਕਰੇ, ਲੱਖ ਲੱਖ ਵਧਾਈ ਹੋਵੇ ਜਸਪਾਲ ਸਿੰਘ ਹੇਰਾਂ ਨੂੰ, ਅਖਬਾਰ ਦੇ ਪਹਿਰੇਦਾਰ ਵਾਲਿਆਂ ਨੂੰ, ਗੁਰੂ ਪਿਆਰੇ ਖਾਲਸਾ ਜੀ ਉਹਨਾਂ 34 ਵਰੇ ਹੋ ਗਏ, ਕਿੱਡੀ ਬੜੀ 72 ਘੰਟੇ ਜਾਗਦਾ ਰਿਹਾ, ਲੜਾਈ ਲੜੀ, ਇਹੋ ਜਿਹੀ ਲੜਾਈ ਲੜੀ ਹੈ ਜਿਹੜੀ ਵੀ ਕਿਸੇ ਵੀ ਕੌਮ ਨੇ ਹੋਰ ਨੇ ਜਾਂ ਕਿਸੇ ਹੋਰ ਧਰਮ ਨੇ ਕੀਤੀ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਦਰਸ਼ਨ ਘੁਲ ਗਿਆ, ਕੌਮੀ ਪ੍ਰਧਾਨ ਅਕਾਲ ਸਹਿਤ ਸਿੱਖ ਜਥੇਬੰਦੀ ਜਨਰਲ ਸਕੱਤਰ ਹੋਣ ਪਿੰਡ ਤਾਲਮੇਲ ਕਮੇਟੀ, ਮੈਂ ਪਹਿਰੇਦਾਰ ਦੀ ਸਾਰੀ ਟੀਮ ਨੂੰ ਅਤੇ ਜਸਪਾਲ ਸਿੰਘ ਹੇਰਾਂ ਨੂੰ ਵਧਾਈ ਦਿੰਦਾ ਜੋ ਸਮੇਂ ਸਮੇਂ ਸਿਰ ਪੰਥਕ ਮੁੱਦਿਆਂ ਨੂੰ ਅਤੇ ਸਿੱਖੀ ਦੇ ਕਾਰਜਾਂ ਨੂੰ ਬੜੇ ਹੀ ਲਗਨ ਨਾਲ ਆਪਦੀ ਸਾਰੀ ਟੀਮ ਨੂੰ ਅਤੇ ਸਮੂਹ ਜਥੇਬੰਦੀ ਨੂੰ ਨਾਲ ਲੈ ਕੇ ਕਰਦੇ ਆ। ਅੱਜ ਉਹਨਾਂ ਨੇ ਦੂਸਰਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਾਂ 'ਤੇ ਢਾਡੀ ਦੁਆਰ ਕਰਾਇਆ। ਢਾਡੀ ਦੁਆਰ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਮੀਰੀ ਪੀਰੀ ਦੇ ਮਾਲਕ ਸ਼੍ਰੀ ਅਕਾਲ ਤਖਤ ਦੇ ਸਿਰਜਣਹਾਰ ਉਹਨਾਂ ਨੇ ਢਾਡੀ ਪਰੰਪਰਾ ਨੂੰ ਸ਼ੁਰੂ ਕੀਤਾ, ਪਰ ਅੱਜ ਢਾਡੀ ਪਰੰਪਰਾ ਨੂੰ ਪਿੰਡ ਪਿੰਡ 'ਤੇ ਪ੍ਰਚਾਰ ਦੀ ਲੋੜ ਆ। ਇਹ ਬੀੜਾ ਆਪਣਾ ਸਾਰਿਆਂ ਦਾ ਫਰਜ਼ ਬਣਦਾ, ਪਰ ਇਹ ਜਸਪਾਲ ਸਿੰਘ ਹੇਰਾਂ ਸਾਰਿਆਂ ਦੇ ਸਹਿਯੋਗ ਨਾਲ ਬੜੀ ਹੀ ਵੱਡੀ ਪੱਧਰ 'ਤੇ ਕਰ ਰਹੇ ਆ ਤਾਂ ਕਿ ਜਿਹੜੇ ਸਾਡੇ ਨੌਜਵਾਨ ਆ ਪੱਛਮੀ ਸੱਭਿਅਤਾ ਨੂੰ ਜੋ ਰਹੇ ਆ, ਜੋ ਇਤਿਹਾਸ ਆ ਉਹਦੇ ਬਾਰੇ ਸਾਡੇ ਨੌਜਵਾਨਾਂ ਨੂੰ ਪਤਾ ਲੱਗੇ ਇਤਿਹਾਸ ਬਾਰੇ, ਔਰ ਸਾਡੇ ਜਿਹੜੇ ਹੁਣ ਬੱਚੇ ਆ ਕਾਲ ਕੱਢੀ ਪੜ੍ਹਦੇ ਆ ਹੋਰ ਪੜ੍ਹ ਰਹੇ ਆ ਉਹ ਵੀ ਸਿੱਖੀ ਮੁਕਾਬਲਿਆਂ 'ਚ ਆਉਣ ਅਤੇ ਗਾਉਣ ਕਰਨ। ਅੱਜ ਮੈਂ ਹੈਰਾਨ ਹੋਇਆ ਵੀ ਐਡੀਆਂ ਐਡੀਆਂ ਬੀਬੀਆਂ, ਐਡੇ ਐਡੇ ਬੱਚੇ ਜਿਨ੍ਹਾਂ ਨੇ ਕਮਾਲ ਕਰਤੀ ਵਾਰਾਂ ਗਾ ਕੇ ਇਤਿਹਾਸ ਗਾ ਕੇ ਸਾਡੇ ਮਨ ਨੂੰ ਹੈਰਾਨ ਕਰਤਾ, ਇੱਕ ਜਸੋਲੀ ਆਵਾਜ਼ ਭਰਤੀ। ਕਿਉਂਕਿ ਢਾਡੀ ਵਾਰਾਂ ਢਾਡੀ ਦਰਬਾਰ ਇਸ ਤਰ੍ਹਾਂ ਦੇ ਆ ਜੋ ਕਿ ਆਪਾਂ ਪੁਰਾਣਾ ਛੇਵੇਂ ਪਾਤਸ਼ਾਹ ਗੁਰੂ ਗੋਬਿੰਦ ਦਾ ਇਤਿਹਾਸ ਪੜ੍ਹਗੇ, ਜੰਗਾਂ ਯੁੱਧਾਂ ਬਾਰੇ ਵੱਡੇ ਵੱਡੇ ਵੀਰ ਯੋਧੇ ਪੈਦਾ ਹੋਏ ਆ। ਇਸ ਕਰਕੇ ਮੈਂ ਜਸਪਾਲ ਸਿੰਘ ਹੇਰਾਂ ਨੂੰ ਵਧਾਈ ਦਿੰਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਸਤਿਕਾਰਯੋਗ ਸਾਹਿਬਾਨ
ਪੰਜ ਪਿਆਰੇ ਸਾਹਿਬਾਨ ਪਹੁੰਚੇ ਨੇ, ਉਹਨਾਂ ਨੂੰ ਜੀ ਆਇਆਂ। ਜੋ ਅਦਾਰਾ ਪਹਿਰੇਦਾਰ ਵੱਲੋਂ ਜੋ ਇਹ ਕਦਮ ਉਠਾਇਆ ਗਿਆ ਹੈ ਢਾਡੀ ਵਾਰਾਂ ਨੂੰ ਪ੍ਰਫੁੱਲਿਤ ਕਰਨ ਲਈ ਅਤੇ ਸਿੱਖ ਕੌਮ ਨੂੰ ਪ੍ਰਫੁੱਲਿਤ ਕਰਨ ਲਈ, ਇਹ ਬਹੁਤ ਵਧੀਆ ਚੰਗਾ ਕਦਮ ਹੈ। ਅਤੇ ਹਰ ਇੱਕ ਸੰਸਥਾ ਨੂੰ ਅਜਿਹੇ ਹੀ ਢਾਡੀ ਮੁਕਾਬਲੇ ਕਰਵਾਉਣੇ ਚਾਹੀਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਲੁਧਿਆਣਾ ਵਿਖੇ ਜੋ ਪਹਿਰੇਦਾਰ ਅਖਬਾਰ ਵੱਲੋਂ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਉਹਨਾਂ ਦੇ ਜਨਮ ਦਿਨ 'ਤੇ ਅਸੀਂ ਸਮੂਹ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ। ਸੋ ਅੱਜ ਦਾ ਜੋ ਇੱਥੇ ਲੁਧਿਆਣੇ ਦੇ ਵਿੱਚ ਵਿਸ਼ਾਲ ਇਕੱਠ ਹੈ ਸਿੱਖੀ ਨੂੰ ਸਮਰਪਿਤ, ਪਹਿਰੇਦਾਰ ਪੱਤਰਕਾਰਾਂ ਵੱਲੋਂ ਅਖਬਾਰ ਵਾਲਿਆਂ ਵੱਲੋਂ ਬਹੁਤ ਵੱਡਾ ਉਪਰਾਲਾ। ਸੋ ਸਾਰੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਸਦੇ ਸਿੰਘ ਸਾਹਿਬਾਨਾਂ ਨੂੰ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਦਾਰਾ ਪਹਿਰੇਦਾਰ ਮੀਡੀਆ ਗਰੁੱਪ ਵੱਲੋਂ ਇਹ ਜੋ ਸੰਤ ਜਰਨੈਲ ਸਿੰਘ ਮਹਾਨ ਸ਼ਹੀਦ ਦੀ ਯਾਦ ਵਿੱਚ ਗੋਲਡ ਮੈਡਲ ਢਾਡੀ ਵਾਰਾਂ ਮੁਕਾਬਲਾ ਕਰਾਇਆ ਜਾ ਰਿਹਾ ਹੈ। ਢਾਡੀ ਵਾਰਾਂ ਦੀ ਆਰੰਭਤਾ ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਕਰਾਈ ਸੀ। ਸਰਦਾਰ ਜਸਪਾਲ ਸਿੰਘ ਜੀ ਹੇਰਾਂ ਦੀ ਅਗਵਾਈ ਵਿੱਚ ਜੋ ਹੈ ਢਾਡੀ ਵਾਰਾਂ ਦਾ ਮੁਕਾਬਲਾ ਕਰਾਇਆ ਜਾ ਰਿਹਾ ਹੈ, ਬੜਾ ਹੀ ਸ਼ਲਾਘਾਯੋਗ ਹੈ। ਮੈਂ ਇਸ ਦੀ ਬਹੁਤ ਜ਼ਿਆਦਾ ਪ੍ਰਸ਼ੰਸਾ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 20ਵੀਂ ਸਦੀ ਦੇ ਮਹਾਨ ਜਰਨੈਲ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਸਦੀਵੀ ਯਾਦ ਨੂੰ ਸਮਰਪਿਤ ਰੋਜ਼ਾਨਾ ਪਹਿਰੇਦਾਰ ਅਖਬਾਰ ਵੱਲੋਂ ਸਰਦਾਰ ਜਸਪਾਲ ਸਿੰਘ ਹੇਰਾਂ ਮੁੱਖ ਸੰਪਾਦਕ ਰੋਜ਼ਾਨਾ ਪਹਿਰੇਦਾਰ ਦੀ ਅਗਵਾਈ ਹੇਠ ਇੱਕ ਢਾਡੀ ਮੁਕਾਬਲਾ ਕਰਾਇਆ ਗਿਆ ਹੈ, ਜਿਸ ਵਿੱਚ ਸਭ ਤੋਂ ਛੋਟੀ ਉਮਰ ਦੇ ਜਿਹੜੇ ਭੁਚੰਗੀ ਸ਼ਾਮਲ ਹੋਏ ਨੇ ਉਹਨਾਂ ਦੀ ਉਮਰ 13 ਤੋਂ ਲੈ ਕੇ 15 ਸਾਲ ਤੱਕ ਹੈ, ਔਰ 9 ਪੁੱਜੇ ਹੋਏ 9 ਰਾਗੀ ਜਥਿਆਂ ਵਿੱਚੋਂ ਇੱਕ ਰਾਗੀ ਜਥਾ ਭੁਚੰਗੀਆਂ ਦਾ ਹੈ, 3 ਰਾਗੀ ਜਥੇ ਬੀਬੀਆਂ ਦੇ ਹਨ ਅਤੇ 5 ਰਾਗੀ ਜਥੇ ਜਿਹੜੇ ਨੇ ਬਾਕੀ ਸ਼ਾਮਲ ਹੋਏ ਨੇ। ਇਹ ਉਪਰਾਲਾ ਉਸ ਪਰੰਪਰਾ ਦਾ ਹਿੱਸਾ ਹੈ, ਕਿਉਂਕਿ ਰੋਜ਼ਾਨਾ ਪਹਿਰੇਦਾਰ ਦੀ ਇਹ ਸੋਚ ਹੈ ਕਿ ਜਦ ਤੱਕ ਸਿੱਖ ਕੌਮ ਦੇ ਸਿਧਾਂਤ ਉਹਦੀਆਂ ਪਰੰਪਰਾਵਾਂ ਨੂੰ ਮੁੜ ਬਹਾਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਕੌਮ ਲਈ ਅੱਗੇ ਵਧਣ ਦੇ ਜਿਹੜੇ ਚਾਂਸ ਨੇ ਬਹੁਤ ਘੱਟਦੇ ਜਾ ਰਹੇ ਨੇ, ਵਧਣ ਪੈ ਰਹੇ ਨੇ। ਇਸ ਕਰਕੇ ਕਿਉਂਕਿ ਪਿਛਲੇ 33 ਸਾਲ ਤੋਂ 34 ਸਾਲ ਤੋਂ ਪੂਰੀ ਹਿੰਦੁਸਤਾਨ ਸਰਕਾਰ ਦਾ ਔਰ ਸਮੇਂ ਦੀਆਂ ਹਕੂਮਤਾਂ ਦਾ ਇਹ ਜ਼ੋਰ ਲੱਗਾ ਰਿਹਾ ਕਿ ਮਤੇ ਕੋਈ ਕਿਸੇ ਪੰਥਕ ਸਟੇਜ ਤੋਂ ਕੋਈ ਪ੍ਰਚਾਰਕ, ਕੋਈ ਢਾਡੀ, ਕੋਈ ਰਾਗੀ ਸੰਤ ਜਰਨੈਲ ਸਿੰਘ ਖਾਲਸਾ ਦੀ ਗੱਲ ਕਰ ਸਕੇ ਜਾਂ ਸਿੱਖ ਸੰਘਰਸ਼ ਦੀ ਗੱਲ ਕਰ ਸਕੇ। ਸਿੱਖ ਸੰਘਰਸ਼ ਨੂੰ ਹਮੇਸ਼ਾ ਹੀ ਝੁਠਲਾਇਆ ਗਿਆ, ਉਹਦੇ ਤੱਥ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ, ਔਰ ਅਦਾਰਾ ਪਹਿਰੇਦਾਰ ਨੇ ਇੱਕ ਨਿਮਾਣੀ ਜੀ ਕੋਸ਼ਿਸ਼ ਕੀਤੀ ਹੈ ਕਿ ਅੱਜ ਇਹ ਦੂਸਰਾ ਢਾਡੀ ਜਥਾ ਹੈ, ਢਾਡੀ ਜਥੇ ਨੂੰ ਜੋ ਵਿਸ਼ਾ ਦਿੱਤਾ ਗਿਆ ਉਹ ਸੰਤ ਜਰਨੈਲ ਸਿੰਘ ਖਾਲਸਾ ਦੇ ਸੰਘਰਸ਼ ਨਾਲ, ਉਹਨਾਂ ਦੇ ਜੀਵਨ ਨਾਲ ਅਤੇ ਉਹਨਾਂ ਦੀਆਂ ਘਾਲਣਾ ਨਾਲ ਰਿਹਾ। ਇਸ ਮੌਕੇ ਅਦਾਰਾ ਪਹਿਰੇਦਾਰ ਵੱਲੋਂ ਗੁਰਮਤਿ ਸੰਗੀਤ ਕਾਲਜ ਦੇ ਪ੍ਰਿੰਸੀਪਲ
ਸਰਦਾਰ ਸੁਖਵੰਤ ਸਿੰਘ ਹੋਰਾਂ ਨੂੰ ਵਿਸ਼ੇਸ਼ ਤੌਰ 'ਤੇ ਸੱਦਾ ਦਿੱਤਾ ਗਿਆ। ਮਨੁੱਖੀ ਅਧਿਕਾਰਾਂ ਦੇ ਵਕੀਲ ਸਰਦਾਰ ਜਸਪਾਲ ਸਿੰਘ ਮੰਝਪੁਰ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ ਔਰ ਅਦਾਰੇ ਦੇ ਜਿਹੜੇ ਆਪਣੇ ਪੱਤਰਕਾਰ ਨੇ ਉਹਨਾਂ ਨੂੰ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੱਤਾ ਗਿਆ ਹੈ। ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ 20ਵੀਂ ਸਦੀ ਦੇ ਮਹਾਨ ਸ਼ਹੀਦ ਕਰਨ ਕਹਿਣੀ ਅਤੇ ਕਰਨੀ ਦੇ ਪੂਰੇ ਉਹਨਾਂ ਦਾ ਜਨਮ ਦਿਹਾੜੇ ਨੂੰ ਉਹਨਾਂ ਦੀ ਯਾਦ ਅੰਦਰ ਹਲਕ ਪਹਿਰੇਦਾਰ ਅਖਬਾਰ ਵੱਲੋਂ ਗੋਲਡ ਮੈਡਲ ਢਾਡੀ ਦਰਬਾਰ ਕਰਵਾਇਆ ਜਾ ਰਿਹਾ ਹੈ। ਸੋ ਸਾਰੀਆਂ ਹੀ ਸੰਗਤਾਂ ਬਹੁਤ ਹੁੰਮ ਹੁਮਾ ਕੇ ਸੰਤਾਂ ਦੀ ਯਾਦ ਦੇ ਵਿੱਚ ਪਹੁੰਚ ਰਹੀਆਂ ਹਨ। ਵਧਾਈ ਦੇ ਪਾਤਰ ਹਨ ਸਰਦਾਰ ਜਸਪਾਲ ਸਿੰਘ ਜੀ ਹੇਰਾਂ, ਜਿਨ੍ਹਾਂ ਨੇ ਬਾਣੀਆਂ ਬਿਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰਨ ਦੇ ਮਹਾਂਵਾਕ ਅਨੁਸਾਰ ਸੰਤਾਂ ਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਹਰ ਸਾਲ ਢਾਡੀ ਦਰਬਾਰ ਢਾਡੀ ਮੁਕਾਬਲੇ ਕਰਾਉਣ ਦਾ ਉਪਰਾਲਾ ਕੀਤਾ ਹੈ। ਮੈਂ ਆਪਣੇ ਵੱਲੋਂ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਲੁਧਿਆਣਾ ਦਿਹਾਤੀ ਵੱਲੋਂ ਲੱਖ ਲੱਖ ਵਧਾਈ ਦਿੰਦਾ ਹਾਂ ਹਲਕਾ ਪਹਿਰੇਦਾਰ ਅਦਾਰਾ ਪਹਿਰੇਦਾਰ ਨੂੰ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਇਸ ਮਹਾਨ ਸੇਵਾ ਦੇ ਵਿੱਚ ਲਾਉਣਾ ਕੀਤਾ ਹੈ। ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜਿਨ੍ਹਾਂ ਦੇ ਜਨਮ ਦਿਨ ਦੇ ਸੰਬੰਧ ਵਿੱਚ ਦਾਸ ਨੂੰ ਬੜੀ ਖੁਸ਼ੀ ਹੈ, ਪਹਿਰੇਦਾਰ ਅਦਾਰੇ ਵੱਲੋਂ ਸਾਧ ਸੰਗਤ ਜੀ ਜੋ ਢਾਡੀ ਜਥੇ ਮੁਕਾਬਲੇ ਨੌਜਵਾਨ ਬੱਚੇ ਬੱਚੀਆਂ ਵੀ ਅਤੇ ਇਹਦੇ ਵਿੱਚ ਬਜ਼ੁਰਗ ਢਾਡੀ ਵੀ ਜੇ ਦਾਸਾਂ ਨੇ ਵੀ ਸੁਣੇ ਨੇ, ਮੇਰੇ ਨਾਲ ਉਸਤਾਦ ਇੰਦਰਜੀਤ ਸਿੰਘ ਬਿੰਦੂ ਜੀ ਨੇ ਜਿਨ੍ਹਾਂ ਨੇ ਜਜਮੈਂਟ ਕੀਤੀ ਹੈ, ਅਤੇ ਬੜਾ ਵਿਸ਼ੇਸ਼ ਉਪਰਾਲਾ ਗੁਰਮਤ ਅਤੇ ਗੁਰਮਤ ਵਿਰਾਸਤ ਨਾਲ ਵਿਰਸੇ ਨਾਲ ਜੁੜਨ ਦਾ ਇਹ ਬੜਾ ਵੱਡਾ ਉਪਰਾਲਾ ਜੋ ਪਹਿਰੇਦਾਰ ਅਖਬਾਰ ਸਰਦਾਰ ਜਸਪਾਲ ਸਿੰਘ ਜੀ ਹੇਰਾਂ ਉਹਨਾਂ ਦਾ ਮਹਾਨ ਉਪਰਾਲਾ ਹੈ। ਦਾਸ ਇਸ ਉਪਰਾਲੇ ਦੀ ਬਹੁਤ ਵਧਾਈ ਵੀ ਦਿੰਦਾ ਹੈ ਅਤੇ ਸਤਿਗੁਰੂ ਚਰਨਾਂ ਵਿੱਚ ਅਰਦਾਸ ਵੀ ਕਰਦਾ, ਸਤਿਗੁਰੂ ਕਿਰਪਾ ਕਰਨ ਰਹਿੰਦੇ ਸਵਾਸਾਂ ਤੱਕ ਗੁਰਮਤਿ ਅਤੇ ਗੁਰਮਤ ਸੰਗੀਤ ਦੀ ਇਹ ਸੇਵਾ ਕਰਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਰੇਦਾਰ ਮੀਡੀਆ ਗਰੁੱਪ ਵੱਲੋਂ 20ਵੀਂ ਸਦੀ ਦੇ ਮਹਾਨ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰ ਵਾਲਿਆਂ ਦੀ ਯਾਦ ਨੂੰ ਸਮਰਪਿਤ ਜੋ ਦੂਸਰਾ ਗੋਲਡ ਮੈਡਲ ਢਾਡੀ ਵਾਰ ਮੁਕਾਬਲੇ ਕਰਵਾਏ ਜਾ ਰਹੇ ਆ, ਇਹਦੇ ਵਿੱਚ ਪਹੁੰਚੀਆਂ ਸਮੂਹ ਸਾਧ ਸੰਗਤਾਂ ਦਾ, ਸਾਰੇ ਸਹਿਯੋਗੀਆਂ ਦਾ ਬਹੁਤ ਬਹੁਤ ਧੰਨਵਾਦ ਅਤੇ ਪਹੁੰਚਣ ਵਾਲੀਆਂ ਸੰਗਤਾਂ ਨੂੰ ਜੀ ਆਇਆਂ ਆਖਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਜੀ ਸਾਰੀ ਸੰਗਤ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ। ਜੇ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਜਿਨ੍ਹਾਂ ਦੇ ਜਨਮ ਦਿਹਾੜੇ ਯਾਦ ਦੇ ਵਿੱਚ ਹਰ ਸਾਲ ਅਦਾਰਾ ਪਹਿਰੇਦਾਰ ਵੱਲੋਂ ਇੱਕ ਢਾਡੀ ਦਰਬਾਰ ਕਰਵਾਇਆ ਜਾਂਦਾ, ਜਿਹਦੇ ਵਿੱਚ ਗੋਲਡ ਮੈਡਲ ਦਿੱਤਾ ਜਾਂਦਾ ਪਹਿਲੇ ਜਥੇ ਨੂੰ, ਅਤੇ ਇਹ ਬਹੁਤ ਵਧੀਆ ਇਹਨਾਂ ਦਾ ਸ਼ਲਾਘਾਯੋਗ ਉਪਰਾਲਾ ਵਾ ਅਤੇ ਹਰ ਸਾਲ ਇਹ ਕਰਵਾਉਂਦੇ ਨੇ। ਅਤੇ ਅਦਾਰਾ ਪਹਿਰੇਦਾਰ ਜੋ ਇੱਕ ਕੌਮ ਦਾ ਅਖਬਾਰ ਆ, ਜਿਹੜੇ ਭਾਈ ਜਸਪਾਲ ਸਿੰਘ ਹੇਰਾ ਜੀ ਇਹ ਕੌਮ ਦਾ ਦਰਦ ਰੱਖਦੇ ਹੋਏ, ਜਿਨ੍ਹਾਂ ਦੀ ਜਿਹੜੀ ਕਲਮ ਆ ਉਹ ਕੌਮ ਦੇ ਜਿਹੜੇ ਜਾਗਰੂਕ ਨੇ ਉਹਨਾਂ ਨੂੰ ਹੋਰ ਜਗਾ ਰਹੀ ਆ, ਇੱਕ ਜਾਗ ਲਾ ਰਹੀ ਆ ਕੌਮ ਨੂੰ ਜਾਗਰੂਕ ਹੋਣ ਵਾਸਤੇ। ਅਤੇ ਸਾਰੀ ਸੰਗਤ ਨੂੰ ਬੇਨਤੀ ਆ ਕਿ ਅਦਾਰਾ ਪਹਿਰੇਦਾਰ ਦਾ ਪੂਰਾ ਸਾਥ ਦਿਓ। ਅਤੇ ਇਹ 12 ਫਰਵਰੀ 2018 ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਉੱਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਮੂਹ ਸਿੱਖ ਜਥੇਬੰਦੀਆਂ ਵੱਲੋਂ ਸੰਤ ਜਰਨੈਲ ਖਾਨ ਜੀ ਖਾਲਸਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਸ਼ਹੀਦੀ ਦਾ ਦਿਹਾੜਾ ਮਨਾਇਆ ਜਾ ਰਿਹਾ ਵਾ, ਅਤੇ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਉੱਥੇ ਵੱਧ ਤੋਂ ਵੱਧ ਸੰਗਤ
ਪਹੁੰਚੇ ਅਤੇ ਪ੍ਰਣਾਮ ਸ਼੍ਰੀ ਤਰਨ ਸੰਘਰਸ਼ ਕਮੇਟੀ ਵੱਲੋਂ ਅਸੀਂ ਵੀ ਬੇਨਤੀ ਕਰਦੇ ਹਾਂ ਕਿ ਅਸੀਂ ਜੋ ਮਾਰਚ ਲੈ ਕੇ ਜਾ ਰਹੇ ਹਾਂ ਖਾਲਸਾ ਦਸਤਾਰ ਮਾਰਚ, ਅਤੇ ਸਾਰੇ ਨੌਜਵਾਨ ਸਾਡਾ ਸਾਥ ਦੇਣ ਅਤੇ ਵੱਧ ਤੋਂ ਵੱਧ ਸੰਗਤ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਸੰਤ ਬਾਬਾ ਜਰਨੈਲ ਸਿੰਘ ਦੇ ਖਾਲਸਾ ਭਿੰਡਰਾਂਵਾਲੇ ਦੇ ਜਨਮ ਦਿਹਾੜੇ ਨੂੰ ਮਸਤਕ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਰੇਦਾਰ ਅਖਬਾਰ ਵੱਲੋਂ ਜੋ ਵੀ ਉਪਰਾਲਾ ਆਪਣਾ ਢਾਡੀ ਜਥਿਆਂ ਨੂੰ ਸਨਮਾਨਿਤ ਕਰਨਾ ਆ, 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਜਨਮ ਦਿਨ ਨੂੰ ਸੰਬੰਧ ਦੇ ਵਿੱਚ ਰੱਖਦੇ ਹੋਏ ਉਹਨਾਂ ਦੀ ਯਾਦ ਨੂੰ ਸਾਡੇ ਸਿੱਖਾਂ ਦੇ ਵਿੱਚ ਮਨਾਂ ਦੇ ਵਿੱਚ ਤਾਜ਼ਾ ਕਰਨ ਬਾਰੇ ਜੋ ਉਪਰਾਲਾ ਹੈ ਇਹਨਾਂ ਵੱਲੋਂ ਚਲਾਇਆ ਗਿਆ, ਬਹੁਤ ਹੀ ਸ਼ਲਾਘਾਯੋਗ ਹੈ। ਸੋ ਸਾਰੇ ਅਸੀਂ ਵੀਰਾਂ ਨੂੰ ਬੇਨਤੀ ਕਰਦੇ ਹਾਂ ਵੀ ਅਸੀਂ ਵੱਧ ਤੋਂ ਵੱਧ ਪਹਿਰੇਦਾਰ ਅਖਬਾਰ ਦਾ ਸਾਥ ਦੇਈਏ ਤਾਂ ਜੋ ਕਿ ਸਾਡੇ ਸਿੱਖ ਦੀ ਗੱਲ ਹਰੇਕ ਘਰ ਵਿੱਚ ਪਹੁੰਚ ਸਕੇ, ਜੋ ਸਾਡੀਆਂ ਸਮੱਸਿਆਵਾਂ ਨੇ ਉਹ ਹਰੇਕ ਜਗ੍ਹਾ 'ਤੇ ਪਹੁੰਚ ਸਕਣ। ਤੁਸੀਂ ਆਪ ਦੇਖਿਆ ਵਾ ਕਿ ਪਹਿਰੇਦਾਰ ਅਖਬਾਰ ਵਾਲਿਆਂ ਦਾ ਹਾਲਾਤ ਇੰਨੇ ਕੁ ਜਾਣੀ ਬੱਤਰ ਨੇ ਆਪਾਂ ਕਹਿ ਸਕਦੇ ਹਾਂ ਚੀਜ਼ ਨੂੰ, ਪਰ ਫਿਰ ਵੀ ਉਹਨਾਂ ਨੇ ਆਪਣੇ ਜਜ਼ਬੇ ਨੂੰ ਕਾਇਮ ਰੱਖਿਆ, ਆਪਣੀ ਕਲਮ ਨੂੰ ਸਿੱਖਾਂ ਦੇ ਨਾਲ ਆਪਣੀ ਸਿੱਖਾਂ ਦੀਆਂ ਮਸਲਿਆਂ ਨੂੰ ਦਰਪੇਸ਼ ਕਰਨ ਵਾਸਤੇ ਤਤਪਰ ਰਹਿੰਦੇ ਨੇ। ਸਾਡੀ ਪ੍ਰਣਾਮ ਸ਼ਹੀਦਾਂ ਨੂੰ ਸੰਘਰਸ਼ ਕਮੇਟੀ ਵੱਲੋਂ ਇੱਕ ਦਸਤਾਰ ਮਾਰਚ, ਖਾਲਸਾ ਦਸਤਾਰ ਮਾਰਚ 12 ਤਰੀਕ ਨੂੰ ਬਗਰਾੜੀ ਤੋਂ ਲੈ ਕੇ ਸ਼ਹੀਦਾਂ ਦੀ ਪਵਿੱਤਰ ਧਰਤੀ ਫਤਿਹਗੜ੍ਹ ਸਾਹਿਬ ਤੱਕ ਲੈ ਕੇ ਜਾ ਰਿਹਾ ਜੀ। ਉਹਦੇ ਵਿੱਚ ਸਾਰੇ ਵੀਰਾਂ ਨੂੰ ਦਸਤਾਰਾਂ ਫ੍ਰੀ ਦਿੱਤੀਆਂ ਜਾਣੀਆਂ ਨੇ। ਜਿਹੜੇ ਵੀ ਲੋੜਵੰਦ ਨੂੰ ਦਸਤਾਰ ਦੀ ਲੋੜ ਆ ਉਹ ਕੇਸਰੀ ਦਸਤਾਰ ਪ੍ਰਦੀਪ ਸਿੰਘ ਜੀ ਅਜਾਲੀ ਵੱਲੋਂ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਅਤੇ ਇਹਨਾਂ ਦੇ ਨਾਲ ਸੰਪਰਕ ਕਰਕੇ ਆਪਣੀਆਂ ਦਸਤਾਰਾਂ ਲੈ ਸਕਦਾ। ਅਦਾਰਾ ਪਹਿਰੇਦਾਰ ਵੱਲੋਂ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦਾ ਜੋ ਜਨਮ ਦਿਹਾੜਾ ਬਹੁਤ ਹੀ ਹਰਸ਼ੋ ਉਲਾਸ ਦੇ ਨਾਲ, ਉਤਸ਼ਾਹ ਦੇ ਨਾਲ, ਜੋਸ਼ ਦੇ ਨਾਲ ਅੱਜ ਲੁਧਿਆਣਾ ਵਿਖੇ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਹੜੇ ਢਾਡੀ ਜਥਿਆਂ ਦੇ ਮੁਕਾਬਲੇ ਕਰਵਾਏ ਗਏ ਨੇ। ਗੋਲਡ ਮੈਡਲ ਜਿਹੜਾ ਪਿਛਲੇ ਸਾਲ ਵਾਂਗ ਇਸ ਵਾਰ ਵੀ ਜਿਹੜਾ ਗੋਲਡ ਮੈਡਲ ਆ ਉਹ ਜਿਹੜੀ ਜੇਤੂ ਢਾਡੀ ਜਥਿਆਂ ਦੀ ਟੀਮ ਆ ਉਹਨੂੰ ਦਿੱਤਾ ਜਾਵੇਗਾ। ਇਹ ਇੱਕ ਬਹੁਤ ਵੱਡਾ ਉਪਰਾਲਾ, ਕਿਉਂਕਿ ਜੋ ਕਵਿਸਰੀ ਆ ਢਾਡੀ ਜਥੇ ਨੇ ਉਹ ਸਿੱਖ ਧਰਮ ਨੂੰ ਜਗਾਉਣ ਦੇ ਲਈ, ਸਿੱਖਾਂ ਨੂੰ ਜਗਾਉਣ ਲਈ, ਪੰਥ ਨੂੰ ਜਗਾਉਣ ਦਾ ਜਾਗਦਾ ਰੱਖਣ ਦੇ ਲਈ ਇੱਕ ਆਪਣੇ ਆਪ ਦੇ ਵਿੱਚ ਇੱਕ ਕਮਿਊਨੀਕੇਸ਼ਨ ਦਾ ਕੰਮ ਕਰਦਾ ਸੀ। ਪਿਛਲੇ ਸਮੇਂ ਦੇ ਵਿੱਚ ਜਦੋਂ ਕੋਈ ਕਵਿਸਰੀ ਜਾਂ ਢਾਡੀ ਕੋਈ ਗਾਉਂਦਾ ਬਾਹਰ ਗਾਉਂਦਾ ਹੈ ਤਾਂ ਉਹ ਕੁਦਰਤ ਹੀ ਇੱਕ ਅੰਦਰ ਜੋਸ਼ ਭਰਦਾ ਹੈ, ਜਿਹਦੀ ਕਿ ਸਿੱਖ ਧਰਮ ਜਿਹੜਾ ਇੱਕ ਵਿਲੱਖਣਤਾ ਰੱਖਦਾ ਦੂਸਰੇ ਧਰਮਾਂ ਦੇ ਨਾਲੋਂ, ਆਪਣੇ ਆਪ ਦੇ ਵਿੱਚ ਇੱਕ ਬਹਾਦਰੀ ਦਾ ਧਰਮ ਮੰਨਿਆ ਜਾਂਦਾ, ਸੂਰਵੀਰਾਂ ਦਾ ਧਰਮ ਮੰਨਿਆ ਜਾਂਦਾ, ਉਹਦੇ ਵਿੱਚ ਕਵਿਸਰੀ ਦਾ ਬਹੁਤ ਵੱਡਾ ਰੋਲ ਆ। ਸੋ ਜਿਹੜਾ ਇਹ ਉਪਰਾਲਾ ਰੋਜ਼ਾਨਾ ਪਹਿਰੇਦਾਰ ਵੱਲੋਂ ਕੀਤਾ ਗਿਆ ਉਹਦੇ ਲਈ ਅਸੀਂ ਸਮੁੱਚੇ ਪੱਤਰਕਾਰ ਵੀਰ ਜੋ ਹੈਗੇ ਆ, ਜੋ ਜਿਸ ਤਰ੍ਹਾਂ ਅਸੀਂ ਪਹਿਰੇਦਾਰ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਹਾਂ, ਅਸੀਂ ਇਸ ਕੰਮ ਦੀ ਵੀ ਸ਼ਲਾਘਾ ਕਰਦੇ ਹਾਂ ਔਰ ਸਮੁੱਚੀ ਸੰਗਤ ਨੂੰ 20ਵੀਂ ਸਦੀ ਦੇ ਮਹਾਨ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੁਧਿਆਣਾ ਤੋਂ ਗੁਰਪ੍ਰੀਤ ਸਿੰਘ ਮਹਿਦੂਦਾ, ਜਸਵੀਰ ਸਿੰਘ ਹੇਰਾ ਅਤੇ ਸਨੀ ਸੁਜਾਪੁਰ ਦੀ ਰਿਪੋਰਟ, ਪਹਿਰੇਦਾਰ ਟੀਵੀ।